ਇਕਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸ਼ੁਭ ਬਾਈ ਦੀ ਨਵੀਂ ਹੀਰੋ ਈਪੀ ਨੂੰ ਤੇ ਆਪਾਂ ਉਹਦੇ ਚਾਰੋਂ ਟ੍ਰੈਕਸ ਨੂੰ ਫੁੱਲ ਐਕਸਪਲੇਨ ਕਰਾਂਗੇ ਤੇ ਸ਼ੁਭ ਬਾਈ ਨੇ ਆਦੀ ਹੀਰੋ ਈਪੀ ਦੇ ਵਿੱਚ ਕਿੰਨੂੰ ਕਿੰਨੂੰ ਡਿਸਕ ਕੀਤਾ ਉਹਨਾਂ ਬਾਰੇ ਵੀ ਡਿਸਕਸ ਕਰ ਲਾਂਗੇ ਤੇ ਐਂਡ ਤੇ ਐਲਬਮ ਦਾ ਇੱਕ ਪ੍ਰੋਪਰ ਜਿਹਾ ਰਿਵਿਊ ਵੀ ਹੋਏਗਾ ਤੇ ਆਪਾਂ ਬਿਨਾਂ ਟਾਈਮ ਖੋਟੇ ਦੇ ਵੀਡੀਓ ਨੂੰ ਸਟਾਰਟ ਕਰਨੇ ਆ ਸਭ ਨਾਲ ਪਹਿਲਾਂ ਤਾਂ ਹੈਪੀ ਬਰਥਡੇ ਟੂ ਸਰਦਾਰ ਬਲਕੌਰ ਸਿੱਧੂ ਸਾਹਿਬ ਸਿੱਧੂ ਮੂਸੇਵਾਲੇ ਬਾਈ ਦਾ ਗਾਣਾ ਵੀ ਔਨ ਦਾ ਵੇ ਹੀ ਹੈਗਾ ਸੋਨ ਤੁਹਾਨੂੰ ਸਿੱਧੂ ਮੂਸੇਵਾਲੇ ਬਾਈ ਦੇ ਗਾਣੇ ਦਾ ਪੋਸਟਰ ਤੇ ਉਹਦੀ ਰਿਲੀਜ਼ ਡੇਟ ਦਾ ਵੀ ਪਤਾ ਲੱਗ ਜਾਏਗਾ ਹੁਣ ਆਪਾਂ ਗੱਲ ਕਰ ਲੈਂਦੇ ਸ਼ੁਭ ਬਾਈ ਦੀ ਹੀਰੋ ਈਪੀ ਦੇ ਬਾਰੇ ਜਿਵੇਂ ਕਿ ਸ਼ੁਭ ਬਾਈ ਨੇ ਸਰਪ੍ਰਾਈਜ਼ਿੰਗਲੀ ਈਪੀ ਅਨਾਉਂਸ ਕੀਤੀ ਫਿਰ ਕੋਈ ਟਾਈਮ ਵੀ ਨਹੀਂ ਰੱਖਾ ਕਿ ਮੈਂ 2 ਦਿਨ ਬਾਅਦ ਛੱਡਾਂਗਾ 3 ਦਿਨ ਬਾਅਦ ਉਹਨਾਂ ਨੇ ਕਿਹਾ ਅੱਜ ਰਾਤ ਨੂੰ ਹੀ ਈਪੀ ਆ ਜਾਣੀ ਆਲ ਪਲੇਟਫਾਰਮਸ ਤੇ ਟੋਆ ਦੀ ਗਜ਼ਾ ਦੇ ਖਰੇ ਨਿਕਲੇ ਉਹਨਾਂ ਨੇ ਸਪੋਟੀਫਾਈ ਤੇ ਐਵਰੀ ਆਡੀਓ 뮤직 ਸਟ੍ਰੀਮਿੰਗ ਪਲੇਟਫਾਰਮ ਤੇ ਈਪੀ ਨੂੰ ਰਿਲੀਜ਼ ਕਰਤਾ ਹੀਰੋ ਈਪੀ ਦੇ ਨਾਮ ਦੇ ਪਿੱਛੇ ਦੀ ਰੀਜ਼ਨ ਹੈ ਕਿ ਸ਼ੁਭ ਬਾਈ ਅਗਸਤ ਬੋਰਨ ਹੈਗੇ ਨੇ ਉਹਨਾਂ ਦਾ ਜ਼ੋਡਿਕ ਸਾਈਨ ਹੀਰੋ ਹੈਗਾ ਤੇ ਹੀਰੋ ਦਾ ਦੂਸਰਾ ਮੀਨਿੰਗ ਸ਼ੇਰ ਵੀ ਹੁੰਦਾ ਸੋ 100% ਕਨਫਰਮ ਹੈ ਕਿ ਸ਼ੁਭ ਬਾਈ ਨੇ ਇਹਨੂੰ ਉੱਥੋਂ ਹੀ ਚੱਕਾ ਸੀ ਦੇਖ ਟੈਲੀਵਿਜ਼ਨ ਇੰਨੀ ਉਸ ਫੈਲੀ ਨਹੀਂ ਉਹ ਚੰਗੀ ਤਰ੍ਹਾਂ ਆਪਣੇ ਨਹੀਂ ਪੈ ਗਿਆ ਫਿਰ ਈਪੀ ਦੀ 4 ਟ੍ਰੈਕਸ ਨੇ ਜਿਨ੍ਹਾਂ ਚੋਂ 3 ਗੈਂਗਸਟਾ ਵਾਈਬ ਤੇ ਇੱਕ ਰੋਮਾਂਟਿਕ ਟ੍ਰੈਕ ਹੈ ਨੈਣ ਤੇਰੇ ਚੈਨ ਮੇਰੇ ਈਪੀ ਦਾ ਪੋਸਟਰ ਸਿੱਧੂ ਮੂਸੇਵਾਲੇ ਬਾਈ ਦੇ ਵਾਚ ਆਊਟ ਵਾਲੇ ਤੇ ਸਿੱਧੂ ਮੂਸੇਵਾਲੇ ਬਾਈ ਦੇ ਇੰਟਰੋ ਦੀ ਐਨੀਮੇਸ਼ਨ ਤੋਂ ਉਹਨਾਂ ਦੀ ਰੀਓ ਜ਼ੋਡਿਕ ਸਾਈਨ ਤੋਂ ਰਿਜ਼ੈਂਬਲ ਕਰਕੇ ਸ਼ੇਰ ਹੀ ਬਣਾਇਆ ਗਿਆ ਤੇ ਪੋਸਟਰ ਤੇ ਤੁਹਾਨੂੰ ਜ਼ਖਮੀ ਸ਼ੇਰ ਤੇ ਨਾਲ ਹਾਰੇ ਲੈਣਟ ਬੱਗੇ ਵੇਖਣ ਨੂੰ ਮਿਲਦੇ ਨੇ ਤੇ ਇੱਕ ਕੁੱਤਾ ਜਿਹਨੇ ਗਲ 'ਚ ਪਟਾ ਪਾਇਆ ਜਾਂ ਕਾਈਂਡ ਆਫ ਉਹਨੂੰ ਬਿੱਚੀ ਕਹਿ ਸਕਦੇ ਜੇ ਕਿਉਂਕਿ ਉਹਦੀ ਐਕਸਪਲੇਨੇਸ਼ਨ ਮੈਂ ਅੱਗੇ ਕਰਨਾ ਨਿਊਜ਼ ਫੈਲੀ ਨਹੀਂ ਉਹ ਚੰਗੀ ਤਰ੍ਹਾਂ ਆਪਣੇ ਨਹੀਂ ਪੈ ਗਿਆ ਇਹ ਸ਼ੋਰ ਸਭ ਤੋਂ ਪਹਿਲੇ ਤਾਂ ਕਿੰਗ ਸ਼ਿਟ ਟ੍ਰੈਕ ਹੈਗੀ ਇਹ ਇੱਕ ਕਾਈਂਡ ਆਫ ਡਿਸ ਟ੍ਰੈਕ ਹੈ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਸ਼ੁਭਾਈ ਨੂੰ ਖਾਲਿਸਤਾਨੀ ਕਿਹਾ ਸੀ ਤੇ ਇਹਨਾਂ ਮਿਊਜ਼ਿਕ ਉਹੀ ਬੰਦੇ ਨੇ ਬਣਾਇਆ ਜਿਨ੍ਹਾਂ ਸ਼ੁਭਾਈ ਦੀ ਐਲੀਵੇਟਡ ਦੀ ਬੀਟ ਤਿਆਰ ਕੀਤੀ ਸੀ ਗੁੱਡੀ ਸਿਖਰਾਂ ਤੇ ਜੱਟ ਦੀ ਉਤੋਂ ਜੱਟ ਤੂੜਾ ਪੱਟਨੀ ਇਹਨਾਂ ਨਾਮ ਮੈਂ ਪ੍ਰੋਨਾਂਸ ਨਹੀਂ ਕਰਾਂਗਾ ਕਿਉਂਕਿ ਪੰਜਾਬੀ ਚ ਦਾ ਮਤਲਬ ਬਹੁਤ ਹੀ ਲੁੱਚਾ ਜਿਹਾ ਆਉਂਦਾ ਹੈ ਸੋ ਇਹਨੂੰ ਆਪੇ ਪੜ ਲਿਆ ਜੇ ਕਿੰਦਰ ਸ਼ੁਭਾਈ ਨੇ ਡਾਇਰੈਕਟਲੀ ਪੌਪ ਕੀਤਾ ਹੈ ਕੰਗਨਾ ਰਣਾਵਤ ਨੂੰ ਤੇ ਸ਼ੁਭਾਈ ਦੀ ਲਾਈਨ ਅੰਦਰ ਜਾਂਦੀ ਕਿ ਬਾਰਦੀ ਫੇਮ ਤੇਰੀ ਮੂਵੀ ਕੋਈ ਨਾ ਚੱਲਦੀ ਜਨਾਨੀ ਨੈਟ ਉੱਤੇ ਗਦਾ ਕਰਦੀ ਇਸ ਟਾਈਪ ਦੀ ਰਾਈਮਿੰਗ ਕੀਤੀ ਗਈ ਤੇਰੀ ਮੂਵੀ ਵੀ ਨਾ ਚੱਲਦੀ ਚਵਲ ਜਨਾਨੀ ਪੌਂਕੇ ਨੈਟ ਉੱਤੇ ਗੱਲਦੇ ਨੇ ਜਿੰਦੇ ਚ ਨੋ ਡਾਊਟ ਕਿ ਸ਼ੁਭਾਈ ਨੇ ਟਾਰਗੇਟ ਕਰਕੇ ਕੰਗਨਾ ਰਣਾਵਤ ਨੂੰ ਸਬਲੀਮਿਨਲਸ ਦਿੱਤੇ ਨੇ ਕਿਉਂਕਿ ਕੰਗਨਾ ਰਣਾਵਤ ਦੀ 2023 ਚ ਇੱਕ ਮੂਵੀ ਆਈ ਸੀ ਜਿਹਦਾ ਪ੍ਰੋਡਕਸ਼ਨ ਬਜਟ 70 ਕਰੋੜ ਸੀ ਤੇ ਉਹ ਮੂਵੀ ਨੇ 2.something ਕਰੋੜ ਰੁਪਏ ਦਾ ਬਿਜ਼ਨਸ ਕੀਤਾ ਸੀ ਬਾਕਸ ਆਫਿਸ ਤੇ ਸੋ ਇੱਕ ਫਲੌਪ ਤਰੀਰ ਮੂਵੀ ਸਾਬਤ ਹੋਈ ਸੀ ਤੇ ਖਾਲਿਸਤਾਨੀਆਂ ਨੂੰ ਡਰੋਨ ਵੀ ਉਹੀ ਜ਼ਿਆਦਾ ਕਰਦੀ ਨੈਟ ਤੇ ਬੈਕ ਗੱਲਾਂ ਮਾਰ ਸਕਦੀ ਤੇ ਕਿਉਂਕਿ ਉਹਨੇ ਦਿਲਜੀਤ ਦੁਸਾਂਝ ਬਾਈ ਤੇ ਸਿੱਧੂ ਮੂਸੇਵਾਲੇ ਬਾਈ ਨੂੰ ਵੀ ਬੜਾ ਪੌਪ ਕੀਤਾ ਸੀ ਸੋ ਸ਼ੁਭਾਈ ਨੇ ਉਹਨੂੰ ਡਾਇਰੈਕਟਲੀ ਭੇਜ ਦਿੱਤਾ ਚਵਲ ਜਨਾਨੀ ਜਿਹੜਾ ਉਹਨਾਂ ਦੇ ਪੋਸਟਰ ਤੇ ਵਿੱਚ ਨਜ਼ਰ ਆ ਰਹੀ ਹੈ ਉਹਦੇ ਗੱਲ ਦੇ ਵਿੱਚ ਜਿਹੜਾ ਪੱਟਾ ਪਾਇਆ ਉਹਦੇ ਤੇ ਵੀ ਕੇ ਲਿਖਿਆ ਜੇ ਤੂੰ ਕਈ ਸ਼ੁਭਾਈ ਦੇ ਫੈਨਸ ਨੂੰ ਇੰਡੀਕੇਟ ਕਰ ਰਹੇ ਹਨ ਕਿ ਇਹ ਵੀ ਉਹਨਾਂ ਨੇ ਕੰਗਨਾ ਰਣਾਵਤ ਵਾਸਤੇ ਲਿਖਿਆ ਚਵਲ ਜਨਾਨੀ ਆਪਾਂ ਵਧਨੇ ਈਪੀ ਦੇ ਨੈਕਸਟ ਸੌਂਗ ਦੇ ਵੱਲ ਜੋ ਕਿ ਇੱਕ ਰੋਮਾਂਟਿਕ ਸੌਂਗ ਹੈ ਇਹਦਾ ਟਾਈਟਲ ਹੈ ਯੂ ਐਂਡ ਮੀ ਇਹਦੀ ਕੰਪੋਜੀਸ਼ਨ ਇਹਦੇ ਲਿਰਿਕਸ ਇਹਦੀ ਲਾਈਨ ਆ ਬਹੁਤ ਹੀ ਸਿੱਕ ਨੇ ਸਪੈਸ਼ਲੀ ਸ਼ੁਭਾਈ ਦਾ ਫਲੋ ਇਹਦੇ ਤੇ ਬਹੁਤ ਹੀ ਜੱਚ ਰਿਹਾ ਹੈ ਇਹ ਗਾਣੇ ਦੀ ਵਾਈਬ ਆਪਾਂ ਨੂੰ ਟਿਪੀਕਲ ਅਮਰਿੰਦਰ ਗਿੱਲ ਦੇ ਓਲਡ ਸੌਂਗ ਦੇ ਵਾਂਗ ਲੱਗਦੀ ਬਟ ਉਹਨਾਂ ਤੇ ਅਗਰ ਨਵੀਂ ਬੀਟ ਅਪਲਾਈ ਕਰਤੀ ਜਾਵੇ ਇਸ਼ਕ ਹੋ ਗਿਆ ਓਵਰਆਲ ਇਹ ਟ੍ਰੈਕ ਬਹੁਤ ਹੀ ਸਿੱਕ ਹੈਗੀ ਤੇ ਰੋਮਾਂਟਿਕ ਤੇ ਲਵ ਪਾਰਟਸ ਟਾਈਪ ਬੰਦੇ ਇਹਨੂੰ ਹੁਣ ਤੱਕ ਯੂਟਿਊਬ ਤੇ ਲਾ ਕੇ ਸੁਣ ਰਹੇ ਹੋਣਗੇ ਕਿਉਂਕਿ ਇਹ ਟ੍ਰੈਕ 1 ਲਵ ਤੇ 9 ਲਵ ਦੇ ਵਾਂਗ ਹੀ ਸਿਮਿਲਰ ਵਾਈਬ ਕਰ ਰਹੀ ਹੈ ਨੈਣ ਤੇਰੇ ਚੈਨ ਮੇਰੇ ਮੈਂ ਲੁੱਟਦੇ ਰਹਿਣ ਰਕਾਨੇ ਗੋਇੰਗ ਨੈਕਸਟ ਸ਼ੁਭ ਦੀ ਈਪੀ ਦੇ 3rd ਸੌਂਗ ਨੂੰ ਆਪਾਂ ਡਿਸਕਸ ਕਰ ਰਹੀ ਹੈ ਜਿਹਦਾ ਟਾਈਟਲ ਹੈ ਸੇਫਟੀ ਆਫ ਇਹ ਟ੍ਰੈਕ ਹੈ ਜਸਟ ਸ਼ੁਭ ਬਾਈ ਸਪਿਟਿੰਗ ਫੈਕਟਸ ਕਿਉਂਕਿ ਇਹ ਟ੍ਰੈਕ ਦੇ ਵਿੱਚ ਸ਼ੁਭ ਬਾਈ ਨੇ ਓਵਰਆਲ ਬਾਲੀਵੁੱਡ ਨੂੰ ਡਾਇਰੈਕਟਲੀ ਬਾਲੀਵੁੱਡ ਦੀ ਤੌਰ ਤੇ ਰੱਖੀ ਲਤ ਨਹੀਂ ਤੇ ਇਨਡਾਇਰੈਕਟਲੀ ਵਿਰਾਟ ਕੋਹਲੀ ਨੂੰ ਵੀ ਪੋਕ ਕੀਤਾ ਹੈ ਮਾੜੇ ਟਾਈਮ ਤੇ ਗਏ ਸੀ ਜਿਹੜੇ ਭੱਜ ਨਹੀਂ ਸਾਰੇ ਦੇ ਸਾਰੇ ਦੋਗਲੇ ਤੇ ਆਦੇ ਆਈਡੀਅਲ ਪੰਜਾਬੀ ਇੰਡਸਟਰੀ ਦੇ ਕਿੰਗ ਨੂੰ ਵੀ ਫਾਲੋ ਕਰਦੇ ਉਹਨਾਂ ਨੇ ਬਿਨਾ ਡਰੇ ਬਾਲੀਵੁੱਡ ਨੂੰ ਪੇਜ ਦਿੱਤਾ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਨੂੰ ਪਹਿਲੇ ਕਹਿੰਦੇ ਹੁੰਦੇ ਸੀ ਬਾਲੀਵੁੱਡ ਫਲਾਨਾ ਧਮਕਾ ਬਾਲੀਵੁੱਡ ਦੀ ਢੂਈ ਨਹੀਂ ਮਾਰੀ ਅਸੀਂ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਫਿਰ ਉਹਨਾਂ ਦੀ ਇੱਕ ਇਹ ਲਾਈਨ ਆ ਦੀ ਸਾਡੀ ਹਾਰ ਵੀ ਜਿੱਤੀ ਲੱਗਦੀ ਹੈ ਤੇ ਇਹ ਸ਼ੁਭਾਈ ਨੇ ਆਦੇ ਇੰਡੀਆ ਟੂਰ ਦੀ ਕੈਂਸਲੇਸ਼ਨ ਦੇ ਬਾਰੇ ਗੱਲ ਕੀਤੀ ਹੈ ਕਿ ਜਦੋਂ ਉਹਨਾਂ ਦਾ ਇੰਡੀਆ ਟੂਰ ਕੈਂਸਲ ਹੋਇਆ ਸੀ ਤੇ ਹੇਟਰਸ ਨੇ ਆਦੇ ਜਾਣੇ ਸ਼ੁਭਾਈ ਨੂੰ ਹਰਾ ਦਿੱਤਾ ਸੀ ਬਟ ਐਟ ਦਾ ਸੇਮ ਟਾਈਮ ਸ਼ੁਭ ਦੇ ਮੋਸਟ ਆਫ ਦਾ ਸੌਂਗ ਦਿੱਲੀ ਮੁੰਬਈ ਤੇ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦਿਨਾਂ ਦੇ ਜੀ ਟ੍ਰੈਂਡ ਕਰਨ ਲੱਗ ਗਏ ਸੀ ਤੇ ਸ਼ੁਭਾਈ ਦੇ ਫਾਲੋਅਰਸ ਵੀ ਸਡਨਲੀ ਬੂਸਟ ਹੋ ਗਏ ਸਨ ਜਿਨ੍ਹਾਂ ਨੇ ਆਦੇ ਜਾਣੇ ਸ਼ੁਭਾਈ ਨੂੰ ਹਰਾਇਆ ਸੀ ਓਰਿਜਨਲੀ ਸ਼ੁਭਾਈ ਉਸ ਟਾਈਮ ਜਿੱਤ ਚੁੱਕੇ ਸਨ ਤੇ ਉਹਨਾਂ ਨੇ ਇਹ ਲਾਈਨ ਦੇ ਵਿੱਚ ਬੜੇ ਸਟੈਟਿਕ ਤਰੀਕੇ ਨਾਲ ਉਹ ਗੱਲ ਨੂੰ ਕਵਰ ਕੀਤਾ ਸਾਡੀ ਹਾਰ ਵੀ ਉਹ ਲੱਗੇ ਜਿੱਤ ਨਹੀਂ ਡਾਊਨ ਫਾਲ ਵੀ ਤੇ ਚੱਲੇ ਹਿੱਟ ਫਿਰ ਸ਼ੁਭਾਈ ਦੀ ਐਂਡ ਵਾਲੀ ਟ੍ਰੈਕ ਆ ਜਾਂਦੀ ਹੁਡ ਐਂਥਮ ਇਹ ਵੀ ਇੱਕ ਸਿੰਪਲੀ ਬੂਮ ਬੈਪ ਟਾਈਪ ਦੀ ਬੀਟ ਤੇ ਬਣਾਈ ਗਈ ਟ੍ਰੈਕ ਹੈ ਇਹਦੇ ਚ ਆਪਾਂ ਨੂੰ ਸ਼ੁਭਾਈ ਦੀ ਓਲਡ ਵਾਈਬਸ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਦੇ ਲਿਰਿਕਸ ਦੇ ਵਿੱਚ ਓਲਡ ਟੱਚ ਆਉਂਦਾ ਹੈ ਇਹਦੇ ਵਿੱਚ ਵੀ ਸ਼ੁਭਾਈ ਜਸਟ ਆਦੇ ਲਾਈਫ ਸਟਾਈਲ ਨੂੰ ਤੇ ਆਦੀ ਕੈਜੂਅਲ ਰੂਟੀਨ ਨੂੰ ਲਿਰਿਕਸ ਦੇ ਵਿੱਚ ਡਿਸਕ੍ਰਾਈਬ ਕਰ ਰਹੇ ਨੇ ਕਾਲੇ ਸਾਡੇ ਬਾਣੇ ਦੇਸ ਦੇ ਕਚਹਿਰੀਆਂ ਤੇ ਥਾਣੇ
ਨੇ ਗਾਏ ਨੇ ਉਹੀ ਹੈ ਗਾਣਾ ਨੂੰ ਦੁਬਾਰਾ ਲੂਪ ਤੇ ਲਾ ਕੇ ਸੁਣਨਗੇ ਸੋ ਓਵਰਆਲ ਈਪੀ ਇਜ਼ ਫਾਇਰ ਮਤਲਬ ਵਿੱਚ ਚਾਰ ਟ੍ਰੈਕਸ ਨੇ ਤੇ ਚਾਰੋਂ ਦੇ ਚਾਰੋਂ ਹੀ ਸਿੱਖ ਨੇ ਤੇ ਇੱਕ ਅਨਦਰ ਲੈਵਲ ਤੇ ਲੈ ਜਾਂਦੀਆਂ ਨੇ ਮਿਊਜ਼ਿਕ ਨੂੰ ਸਿਰ ਤੇ ਬਿਠਾਏ ਵੈਲੀ ਨੇ ਰੱਖੀ ਮੱਕ ਸਿੱਕਿਆਂ ਦੀ ਗੈਂਗ ਕਹਿਲੀ ਨੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਅਜੇ ਮਿਲਨੇ ਆਪਾਂ ਕਿਸੇ ਨੈਕਸਟ ਵੀਡੀਓ ਤਦ ਤੱਕ ਲਵ ਯੂ ਗਾਇਜ਼।